ਸਾਸ਼ਿਆ ਕਾਲਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਗਿਲਜ਼ ਮੈਂਟਰ ਦੇ ਅਫੀਸ਼ੀਅਲ ਈ-ਲਰਨਿੰਗ ਪਲੈਟਫਾਰਮ ਤੇ ਪੀਟ੍ਰੀਪਲ ਐਸਬੀ ਦੀ ਵੱਡੀ ਖਬਰ ਹੈ ਤੁਹਾਡੇ ਤੱਕ ਸਾਂਝੀ ਕਰਾਂਗੇ ਹੁਣੇ-ਹੁਣੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਪੀਟ੍ਰੀਪਲ ਐਸਬੀ ਨੇ ਇੱਕ ਪੋਸਟ ਦੇ ਉੱਪਰ ਪ੍ਰਸ਼ਨ ਚਿੰਨ ਲਾ ਦਿੱਤੇ ਨੇ ਕੀ ਹੈ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੈਸ਼ਨ ਦੇ ਵਿੱਚ ਗਿਲਜ਼ ਮੈਂਟਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਸਰਕਾਰੀ ਜੋਬ ਦੇ ਸਬੰਧ ਵਿੱਚ ਔਰ ਜੋ ਵੀ ਲੇਟੈਸਟ ਨੋਟੀਫਿਕੇਸ਼ਨ ਸਿਲੇਬਸ ਦੇ ਸਬੰਧ ਚ ਅਪਡੇਟਸ ਹੁੰਦੀ ਹੈ ਵੱਡੀ ਖਬਰ ਲੈ ਕੇ ਤੁਹਾਡੇ ਤੱਕ ਪਹੁੰਚਦਾ ਆਂ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਤੱਕ ਇਸ ਤਰੀਕੇ ਨਾਲ ਹੀ ਖਬਰ ਪਹੁੰਚੇ ਤਾਂ ਕਿ ਤੁਸੀਂ ਸਹੀ ਜਾਣਕਾਰੀ ਲੈ ਸਕੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਹੈ ਡਿਸਕ੍ਰਿਪਸ਼ਨ ਬਾਕਸ 'ਚ ਸਾਡੇ ਲਿੰਕਸ ਦੇ ਰੱਖੇ ਨੇ ਟੈਲੀਗ੍ਰam ਇੰਸਟਾਗ੍ਰam ਵਾਟਸਐਪ ਤੇ ਸਾਡੀ ਐਪ ਦੇ ਫਟਾਫਟ ਸਾਰਿਆਂ ਨੂੰ ਕਲਿੱਕ ਕਰਕੇ ਜੁੜਜੋ ਤਾਂ ਕਿ ਤੁਹਾਡੇ ਤੱਕ ਜੋ ਵੀ ਛੋਟੀ ਤੋਂ ਵੱਡੀ ਖਬਰ ਹੋਏਗੀ ਸਭ ਤੋਂ ਪਹਿਲਾਂ ਪਹੁੰਚ ਜਾਏਗੀ ਪੰਜਾਬ ਗਵਰਨਮੈਂਟ ਦੇ ਜਿੰਨੇ ਵੀ ਅੱਗੇ ਆਉਣ ਵਾਲੇ 10 ਮਹੀਨੇ ਤੁਹਾਡੀ ਤਕਦੀਰ ਬਦਲ ਕੇ ਰੱਖ ਦੇਣਗੇ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਪੋਸਟਾਂ ਆਉਣਗੀਆਂ ਲੇਕਿਨ ਜੋ ਪੜ੍ਹੇਗਾ ਉਹੀ ਅੱਗੇ ਨਿਕਲੇਗਾ ਇਸ ਕਰਕੇ ਵਿਹਲਾ ਨਹੀਂ ਬੈਠਣਾ ਹੈ ਕਰ ਬੈਠਿਆ ਅੱਛੇ ਲੈਵਲ ਦੀ ਔਰ ਵੱਡੇ ਸਤਰ ਦੀ ਤਿਆਰੀ ਤੁਸੀਂ ਕਰ ਸਕਦੇ ਹੋ ਡਿਜੀਟਲ ਦੌਰ ਦੇ ਅੰਦਰ ਨਾ ਤੁਸੀਂ ਫੀਸ ਨਾ ਤੁਸੀਂ ਜਾਣਾ ਨਾ ਕਿਤੇ ਆਉਣਾ ਤਿੰਨਾ ਤੁਹਾਨੂੰ ਤੋਂਪਨਾ ਕੋਈ ਸ਼ਾਂ ਦਾ ਫਿਕਰ ਹੋਏਗਾ ਬਿਲਕੁਲ ਜੁੜੋ ਸਾਡੇ ਨਾਲ ਤੇ ਡੇਲੀ ਤੌਰ ਤੇ ਆਪਣੇ ਘਰ ਬੈਠ ਕੇ ਜ਼ਬਰਦਸਤ ਤਰੀਕੇ ਦੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਪੜਾਈ ਕਰ ਸਕਦੇ ਹੋ ਨਾਲੇ ਫ੍ਰੀ ਦੇ ਵਿੱਚ ਸਟੱਡੀ ਨੋਟਸ ਵੀ ਦਿੱਤੇ ਜਾ ਰਹੇ ਨੇ ਇਸ ਲਈ ਤੁਸੀਂ ਸਾਡਾ ਟੈਲੀਗ੍ਰam ਚੈਨਲ ਜੁਆਇਨ ਕਰ ਲਓ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਤਾਂ ਤੁਸੀਂ ਬਸ ਤੁਹਾਡਾ ਫਰਜ਼ ਨਿਭਾ ਦਿਓ ਕਰ ਦਿਓ ਸ਼ੇਅਰ ਤਾਂ ਕਿ ਸਭ ਤੱਕ ਇਹ ਜਾਣਕਾਰੀ ਪਹੁੰਚ ਜਾਵੇ ਇਹ ਨੋਟੀਫਿਕੇਸ਼ਨ ਪੀ ਟ੍ਰਿਪਲ ਐਸ ਬੀ ਨੇ ਸਵੇਰੇ ਸਵੇਰੇ ਜਾਰੀ ਕੀਤਾ ਹੈ ਬਹੁਤ ਸਾਰੇ ਬੱਚਿਆਂ ਨੇ ਨੋਟੀਫਿਕੇਸ਼ਨ ਪੜ ਵੀ ਲਿਆ ਹੋਵੇਗਾ ਤੇ مایوسی ਜ਼ਰੂਰ ਆਈ ਹੋएगी ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਜਾਣਕਾਰੀ ਦੱਸੀ ਗਈ ਹੈ ਕਿ 2016 ਲਗਭਗ ਮੈਂ ਜ਼ਿਕਰ ਕਰਾਂ ਤਾਂ ਅੱਜ ਤੋਂ 4 ਸਾਲ ਜਾਂ 4.5 ਸਾਲ ਪਹਿਲਾਂ ਦੀ ਖਬਰ ਹੈ ਪੀਟ੍ਰੀਪੀਐਸਬੀ ਨੇ ਇੱਕ ਇਸ਼ਤਿਆਰ ਕੱਢਿਆ ਸੀਗਾ ਇਸ ਇਸ਼ਤਿਆਰ ਦੇ ਵਿੱਚ ਉਹਨਾਂ ਨੇ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਡਾਟਾ ਐਂਟਰੀ ਆਪਰੇਟਰ ਦੀਆਂ 39 ਅਸਾਮੀਆਂ ਦੇ ਸਬੰਧ ਵਿੱਚ ਇੱਕ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਬਹੁਤ ਸਾਰੇ ਬੱਚਿਆਂ ਨੇ ਟਾਈਪਿੰਗ ਕੀਤੀ ਕਲੀਅਰ ਕੀਤਾ ਲੇਕਿਨ ਕਿਸ ਤਨੇ ਕਿਤੇ ਦਾਮ ਪੇਚ ਵਿੱਚ ਇਹ ਪਰਤੀ ਫਸ ਗਈ ਫਸਣ ਤੋਂ ਬਾਅਦ 2020 ਦੇ ਵਿੱਚ ਇਹ ਪੂਰੀ ਹੋਣ ਜਾ ਰਹੀ ਸੀ ਪਰ ਪਤਾ ਨਹੀਂ ਫਿਰ ਬਹੁਤ ਭੈੜੀ ਨਜ਼ਰ ਲੱਗ ਗਈ ਇਸ ਪਰਤੀ ਨੂੰ ਲਗਭਗ 4 ਅਗਸਤ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਬੋਰਡ ਨੇ ਤੇ ਇਹਦੇ ਵਿੱਚ ਇਹ ਜਾਣਕਾਰੀ ਦਿੱਤੀ ਸੀਗੀ ਕਿ ਮੈਰਿਟ ਨੂੰ ਕਟਾ ਦਿੱਤਾ ਗਿਆ ਹੈ ਤੇ ਹੋਰ ਬੱਚਿਆਂ ਨੂੰ ਮੌਕਾ ਦਿੱਤਾ ਗਿਆ ਹੈ ਔਰ ਆਪਣੇ ਕਾਉਂਸਲਿੰਗ ਵਿੱਚ ਪਹੁੰਚ ਸਕਣ ਤੇ ਆਪਣੇ ਡਾਕੂਮੈਂਟਸ ਵੈਰੀਫਾਈ ਕਰਵਾ ਸਕਣ ਤਾਂਕਿ ਉਹਨਾਂ ਦੀ ਫਾਈਨਲ ਮੈਰਿਟ ਸੂਚੀ ਤਿਆਰ ਕਰ ਦਿੱਤੀ ਜਾਵੇ ਪਰੰਤੂ ਅੱਜ ਇੱਕ ਵੱਡੀ ਖਬਰ ਸਵੇਰੇ ਸਵੇਰੇ ਦਿੱਤੀ ਹੈ ਪੀ ਟ੍ਰਿਪਲ ਐਸ ਬੀ ਨੇ ਇੱਕ ਵੱਡੀ ਖਬਰ ਇਹ ਹੈਗੀ ਹੈ ਕਿ ਉਪਰੋਕਤ ਕਾਉਂਸਲਿੰਗ ਮੀਤੀ ਦੇ ਸੰਬੰਧ ਚ ਯਾਨੀ ਜੋ 11 ਅਗਸਤ ਨੂੰ ਹੋਣੀ ਸੀਗੀ ਇਸ ਨੂੰ ਫਿਲਹਾਲ ਤੱਕ ਪੋਸਟਪੋਨ ਕਰ ਦਿੱਤਾ ਗਿਆ ਹੈ ਯਾਨੀ ਮੁਲਤਵੀ ਕਰ ਦਿੱਤੀ ਗਈ ਹੈ ਅਗਲੀ ਤਰੀਕ ਤੱਕ ਇਸ ਨੂੰ ਇਹ ਐਡਜਪਸ਼ਨ ਨਹੀਂ ਕਰ ਸਕਦੇ ਇਹ ਨਹੀਂ ਕਹਿ ਸਕਦੇ ਕਿ ਭਰਤੀ ਕੈਨਸਲ ਹੋ ਗਈ ਹੈ ਕਿਉਂਕਿ ਕਹਿਣਾ ਸੌਖਾ ਹੈ ਰਿਜ਼ਲਟ ਪਾਉਣਾ ਬਹੁਤ ਸੌਖਾ ਹੈ ਇਹਨੂੰ ਮੁਲਤਵੀ ਕੀਤਾ ਗਿਆ ਹੈ ਜਿਹਦੇ ਪਿੱਛੇ ਕਾਰਨ ਸਿਰਫ ਇਹ ਹੋ ਸਕਦਾ ਹੈ ਕਿ ਸ਼ਾਇਦ ਤੱਕ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਕਿ ਜਿਵੇਂ ਕਰੋਨਾ ਹੈ ਵੱਡੇ ਸਤਰ ਦੇ ਵਿੱਚ ਇੱਕ ਦੂਸਰੇ ਦੇ ਵਿੱਚ ਪਹੁੰਚ ਚੁੱਕਿਆ ਹੈ ਤਾਂ ਇਹ ਹੀ ਹੋ ਸਕਦਾ ਹੈ ਵੀ ਕਿਤੇ ਨਾ ਕਿਤੇ ਕਰੋਨਾ ਦੀ ਵਜ੍ਹਾ ਨਾਲ ਇਦਾਂ ਹੋਇਆ ਹੈ ਫਿਲਹਾਲ ਤੱਕ ਦੀ ਵੱਡੀ ਖਬਰ ਹੈ ਸਾਂਝੀ ਕਰ ਦਿਓ ਤਾਂ ਕਿ ਜੋ ਬੱਚੇ ਇੰਤਜ਼ਾਰ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਨਹੀਂ ਪਤਾ ਹੋਏਗਾ ਉਹਨਾਂ ਦਾ ਕਿ ਨੋਟੀਫਿਕੇਸ਼ਨ ਨਹੀਂ ਪਹੁੰਚਾ ਹੋਏਗਾ ਵੀ 11 ਅਗਸਤ ਨੂੰ ਤੁਹਾਡੀ ਜੋ ਇਹ ਕਾਉਂਸਲਿੰਗ ਹੋਣੀ ਸੀ ਫਿਲਹਾਲ ਤੱਕ ਇਹ ਕਾਉਂਸਲਿੰਗ ਬੰਦ ਕਰ ਦਿੱਤੀ ਗਈ ਹੈ ਮਤਲਬ ਅੱਗੇ ਦੀ ਜੋ ਜਾਣਕਾਰੀ ਹੋਏਗੀ ਤੁਹਾਡੇ ਤੱਕ ਲੈ ਕੇ ਪਹੁੰਚਾਂਗੇ ਤਦ ਤੱਕ ਖੁਸ਼ ਰਹੋ ਖਿਆਲ ਰੱਖੋ ਪੜਦੇ ਰਹੋ ਸਤਰਕ ਰਹੋ ਤੇ ਬਸ ਆਪਣਾ ਪਿਆਰ ਦੇਣਾ ਨਹੀਂ ਭੁੱਲਣਾ ਧੰਨਵਾਦ